ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਗਾਰਡਨ ਦਾ। ਤੁਹਾਡੀ ਉਮਰ ਕਿੰਨੀ ਹੈ? 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ, ਅਸੀਂ ਕਰ ਕੀ ਰਹੇ ਹਾਂ ਤੇ ਹੋ ਕੀ ਰਿਹਾ ਸਮਾਜ ਦੇ ਵਿੱਚ, ਕੁਝ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ, ਜਿੱਥੇ ਇਹਦੇ ਫਾਇਦੇ ਉੱਥੇ ਨੁਕਸਾਨ ਵੀ ਬੜੇ। ਇਹ ਕਹਾਣੀ ਹੈ ਇੱਕ ਦੀਪਕ ਨਾਂ ਦੇ ਨੌਜਵਾਨ ਦੀ, ਜੋ ਕਿ ਦੁਬਈ ਦੇ ਵਿੱਚ ਰਹਿੰਦਾ ਸੀ ਅਤੇ ਇੰਸਟਾਗ੍ਰਾਮ 'ਤੇ ਉਹਨੂੰ ਕੋਈ ਕੁੜੀ ਪਸੰਦ ਆ ਗਈ ਅਤੇ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ। ਗੱਲਬਾਤ ਕਰਦਿਆਂ ਕਰਦਿਆਂ ਦੀ ਇੱਥੇ ਤੱਕ ਪਹੁੰਚ ਗਈ ਕਿ ਦੋਨਾਂ ਨੇ ਵਿਆਹ ਕਰਾਉਣ ਦਾ ਸੋਚਿਆ ਅਤੇ ਦੀਪਕ ਚਾਈ ਚਾਈ ਬੜੇ ਚਾਵਾਂ ਦੇ ਨਾਲ ਦੁਬਈ ਤੋਂ ਸੈਂਟ ਸੁੰਟ ਇਕੱਠੇ ਕਰਕੇ ਪਹੁੰਚ ਗਿਆ ਪੰਜਾਬ ਦੇ ਵਿੱਚ। ਅਤੇ ਪੰਜਾਬ ਆ ਕੇ ਜਿਸ ਥਾਂ ਲੜਕੀ ਨੇ ਉਸਨੂੰ ਕਿਹਾ ਸੀ ਕਿ ਬਰਾਤ ਲੈ ਕੇ ਆ ਜਾਈ, ਉਸ ਥਾਂ 'ਤੇ ਲੜਕੀ ਆਈ ਨਹੀਂ। ਪਿਆਰ ਦਾ ਰੱਜ ਕੇ ਜਲੂਸ ਨਿਕਲਿਆ। ਇਹ ਜਿੱਥੇ ਕਿ ਬਰਾਤ ਸੱਦੀ ਗਈ ਸੀ, ਬਰਾਤ ਉੱਥੋਂ ਡੋਲੀ ਦੀ ਬਜਾਏ ਬਰਾਤ ਸਿੱਧੀ ਜਿਹੜੀ ਆ ਉਹ ਮੋਗਾ ਥਾਣੇ ਦੇ ਵਿੱਚ ਚਲ ਗਈ, ਜਿੱਥੇ ਕਿ ਮੁਕੱਦਮਾ ਦਰਜ ਕਰ ਲਿਆ ਗਿਆ। ਕਿਤਨਾ ਕਿਤੇ ਸਾਡਾ ਸਮਾਜ ਜਾਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਇਹ ਕਹਾਣੀ ਜਿਹੜੀ ਆ ਬੜੀ ਸੇਧ ਲੈ ਦੇ ਸਕਦੀ ਹੈ। ਮੁੰਡੇ ਕੁੜੀਆਂ ਇਹ ਤੋਂ ਕੁਝ ਸਿੱਖ ਸਕਦੇ ਨੇ, ਸਾਡੇ ਧੀਆਂ ਪੁੱਤ ਜਿਹੜੇ ਨੇ ਇਸ ਕਹਾਣੀ ਤੋਂ ਕੁਝ ਸਿੱਖ ਸਕਦੇ ਨੇ। ਤੁਸੀਂ ਕਿਸੇ ਨੂੰ ਜਾਣਦੇ ਨਹੀਂ, ਪਹਿਚਾਣਦੇ ਨਹੀਂ, ਅਤੇ ਸਭ ਨਾਲੋਂ ਵੱਡੀ ਗੱਲ ਇਹ ਕਿ ਵਿਚੋਲੇ ਦੀ ਮਹੱਤਤਾ ਵੀ ਜਿਹੜੀ ਆ ਉਹ ਸਮਝ ਦੇ ਵਿੱਚ ਲੱਗੀ ਕਿ ਵਿਚੋਲਾ ਦਰਅਸਲ ਹੁੰਦਾ ਕਿਸ ਕੰਮ ਨੂੰ ਸੀ। ਜੇਕਰ ਅੱਜ ਵਿਚੋਲਿਆਂ ਤੋਂ ਬਿਨਾਂ ਵਿਆਹ ਕਰਦੇ ਹਾਂ ਤਾਂ ਫਿਰ ਇੱਦਾਂ ਹੀ ਜਿਹੜਾ ਆ ਉਹ ਤੁਹਾਨੂੰ ਵਾਪਸ ਪਰਤਣਾ ਪੈ ਸਕਦਾ। ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਬੜਾ ਕੁਝ ਸਿੱਖ ਸਕਦੇ ਹੋ। ਸਾਡੇ ਬੱਚੇ ਜਿਹੜੇ ਆ ਇਹ ਸਾਡੀ ਕਹਾਣੀ ਜ਼ਰੂਰ ਦੇਖਣ, ਅੱਜ ਦੀ ਇਹ ਵੀਡੀਓ ਜ਼ਰੂਰ ਦੇਖਣ, ਕਿਤੇ ਤੁਸੀਂ ਵੀ ਇਹ ਗਲਤੀ ਨਾ ਕਰ ਲਿਓ ਕਿ ਗੱਲਾਂ ਗੱਲਾਂ ਦੇ ਵਿੱਚ ਆ ਕੇ ਬਰਾਤ ਸਜਾ ਕੇ ਅਤੇ ਤੁਸੀਂ ਕਿਸੇ ਦੇ ਘਰ ਪਹੁੰਚ ਜਾਓ ਅਤੇ ਅਗਲੇ ਮੁੜ ਕੇ ਮੋਬਾਈਲ ਬੰਦ ਕਰ ਲੈਣ ਅਤੇ ਕੋਈ ਤੁਹਾਡਾ ਜਵਾਬ ਵੀ ਨਾ ਦੇਣ। ਤੁਸੀਂ ਸੋਚ ਕੇ ਦੇਖੋ ਕਿ ਉਸ ਵਿਚਾਰੇ ਦੇ ਦਿਲ 'ਤੇ ਗੁਜ਼ਰਦੀ ਕੀ ਹੋਵੇਗੀ। ਕਸਮੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ, ਸ਼ਾਇਦ ਇਹ ਦੀਪਕ ਗੀਤ ਗਾਉਂਦਾ ਫਿਰਦਾ ਸਾਨੂੰ ਕਿਤੇ ਮੋਗਾ ਦੀਆਂ ਗਲੀਆਂ ਦੇ ਵਿੱਚ ਨਜ਼ਰ ਆਵੇਗਾ। ਅਤੇ ਲੜਕੀ ਕੌਣ ਹੈ ਤੁਹਾਡੀ, ਕਦੋਂ ਤੋਂ ਫਰੈਂਡਸ਼ਿਪ ਸੀ ਉਹਦੇ ਨਾਲ? ਤੁਸੀਂ ਇਦੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਅੱਛਾ, ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ? ਅਤੇ ਤੁਹਾਡੀ ਮਤਲਬ ਵਿਆਹ ਤਿੱਕਰ ਗੱਲ ਆ ਗਈ ਅਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਅਤੇ ਕੁੜੀ ਦੇ ਮਾਂ ਪਿਓ ਨਾਲ ਤੁਹਾਡੇ ਬਾਪੂ ਅਤੇ ਮਾਤਾ ਕਦੇ ਮਿਲੇ? ਅੱਛਾ, ਫੋਨ 'ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਅੱਛਾ, ਅਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਗਾਰਡਨ ਦਾ। ਅੱਛਾ, ਅਤੇ ਹੁਣ ਤੁਸੀਂ ਕਿੰਨੇ ਕੁ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? ਅਤੇ ਹੁਣ ਤੁਹਾਡੀ ਕੀ ਮੰਗ ਕੀ ਹੈ? ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ? ਤੁਹਾਡੀ ਉਮਰ ਕਿੰਨੀ ਹੈ? 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਅੱਛਾ, ਅਤੇ ਲੜਕੀ ਕੀ ਕਰਦੀ ਹੈ, ਉਹਦਾ ਕੀ ਨਾਮ ਹੈ? ਅੱਛਾ, ਲੜਕੀ ਦਾ ਨਾਮ ਕੀ ਦੱਸਿਆ ਉਹਨੇ? ਪ੍ਰੀਤ। ਮਨਪ੍ਰੀਤ। ਅਤੇ ਲੜਕੀ ਦੀ ਉਮਰ ਕਿੰਨੀ ਹੈ? ਅੱਛਾ, ਅਤੇ ਹੁਣ ਤੁਹਾਡੀ ਕੀ ਮੰਗ ਹੈ? ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ? ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦਿੰਦੇ ਤਾਂ ਫਿਰ ਤੁਸੀਂ ਸਹਿਮਤ ਹੋ?
ਸਾਡੇ ਨਾਲ ਵਾਪਰੀ ਆ, ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਆਈ ਬਰਾਤ ਲੈ ਕੇ 10 ਵਜੇ। ਪਹਿਲਾਂ ਮੈਨੂੰ ਕਿਹਾ ਨਹੀਂ ਅਸੀਂ 5 ਬੰਦੇ ਆਉਣੇ ਜੇ ਤੁਹਾਡੇ ਸੱਟਾਂ ਪੇਟਾਂ ਲੱਗੀਆਂ। ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸੱਟਾਂ। ਫਿਰ ਪਰਸੋਂ ਮੈਨੂੰ ਕਹਿੰਦੇ 70 ਬੰਦੇ ਲਿਆ। ਤੁਸੀਂ ਸੱਟ ਪੇਟ ਕਾਹਦੀ ਵੱਜੀ ਤੁਸੀਂ ਕਹਿ ਰਹੇ ਹੋ? ਉਹਦਾ ਐਕਸੀਡੈਂਟ ਹੋਇਆ ਉਹਦੀ ਪੇ ਦਾ। ਹੁੰਦੀ ਕੁੜੀ ਦੇ ਪੇ ਦਾ, ਕੁੜੀ ਦੇ ਪਿਓ ਦਾ? ਅੱਛਾ ਜੀ, 2 ਤਰੀਕ ਦਾ ਵਿਆਹ ਪਿਆ। ਅੱਛਾ ਜੀ, ਇਹ ਕਹਿੰਦੀ 2 ਦਿਨ ਮੈਨੂੰ ਦੇ ਦੇ। ਮੈਂ ਕਿਹਾ 2 ਤੇ 10 ਨਹੀਂ ਹੋਣੇ ਚਾਹੀਦੇ, 2 ਦਿਨ ਲੈ। ਠੀਕ ਹੈ ਜੀ। ਹੁਣ ਸਵੇਰ ਦੇ ਆਏ ਅਸੀਂ ਘਰੋਂ 10 ਵਜੇ ਤੁਰੇ ਹਾਂ। ਹਾਂਜੀ, 1:30 ਵਜੇ ਆਏ। ਮੁਲਾਜ਼ਮ ਵੀ ਉੱਥੇ ਖੜੇ ਆ, ਪੁੱਛਿਆ ਇੱਥੇ ਪੈਸੇ ਲਗਾ, ਕਹਿੰਦੇ ਪੈਸੇ ਨਹੀਂ ਇੱਥੇ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਜ਼ਿਲ੍ਹਾ ਜਲੰਧਰ, ਤਹਿਸੀਲ ਖੁਦ ਪਿੰਡ ਮੜਿਆਲਾ। ਅੱਛਾ, ਅਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਕੀਤੀ, ਆਏ ਨਹੀਂ। ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ, ਅਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸ ਤਰ੍ਹਾਂ ਦੀ ਵਕੀਲ ਹੈਗੀ ਹੈ ਕੋਈ ਨਹੀਂ ਹੈਗੀ ਹੈ? ਨਹੀਂ, ਅਸੀਂ ਤਾਂ ਗਏ ਨਹੀਂ ਨਾ, ਅਸੀਂ ਤਾਂ ਪਰਮਾਤਮਾ ਭਰੋਸਾ ਰੱਖਿਆ ਦਾ ਮੁੰਡੇ ਨੂੰ। ਹੁਣ ਤੁਹਾਡੀ ਕੀ ਮੰਗ ਹੈ? ਹੁਣ ਤੁਸੀਂ ਪੁਲਿਸ ਬੁਲਾਈ ਹੈ? ਅਸੀਂ ਤਾਂ ਜੇ ਉਦਾਂ ਤਨਖਾਹ ਦਿੱਤੀ ਆ ਵੀ ਸਾਡਾ ਕੋਈ ਇਹ ਨਾ ਕੱਲ੍ਹ ਨੂੰ ਕਹੇ ਮੈਂ ਇੱਥੇ ਰਹਿਣਾ, ਸਾਡੇ ਨਾਲ ਕੁੱਟਮਾਰ ਕਰੇ, ਕੋਈ ਫੜਾ ਦੇਵੇ ਸਾਨੂੰ। ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਉਣ ਲੱਗੇ? ਪੁਲਿਸ ਨੂੰ ਬੁਲਾਇਆ, ਤੁਸੀਂ ਕੀ ਕਾਰਵਾਈ ਕਰਾਉਣ ਲੱਗੇ ਹੋ? ਉਹ ਕਹਿੰਦੇ ਵੀ ਸਾਨੂੰ ਜਿਹੜਾ ਸਾਡਾ ਖਰਚਾ ਦੇਣਾ ਅਸੀਂ ਆਪਦੇ ਘਰੇ। ਹਾਂ, ਹੁਣ ਤੁਸੀਂ ਇਹੋ ਜਿਹੀ ਲੜਕੀ ਨਾਲ ਤਾਂ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਉਣਾ ਚਾਹੋਗੇ ਕਿ ਨਹੀਂ ਚਾਹੋਗੇ? ਨਹੀਂ, ਗਾਹਾਂ ਕਦੇ ਵੀ ਨਹੀਂ ਪੈਰ ਪੱਟਾਂਗੇ, ਜ਼ਿੰਦਗੀ 'ਚ ਵੀ ਨਹੀਂ ਪੱਟਾਂਗੇ ਪੈਰ। ਇਹ ਅੱਜ ਇੱਕ ਸਾਨੂੰ ਕੰਪਲੇਂਟ ਮਿਲੀ ਆ, ਦੀਪਕ ਪੁੱਤਰ ਪ੍ਰੇਮ ਚੰਦ ਵਾਸੀ ਮੜਿਆਣਾ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ। ਉਹ ਮੁੰਡਾ ਬਾਹਰ ਦੁਬਈ 'ਚ ਸੀਗਾ, ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ, ਔਰ ਉਹਨਾਂ ਨੇ ਫੋਨ ਦੇ ਉੱਤੇ ਹੀ ਅੱਜ 6/12/2024 ਨੂੰ ਆਨੰਦ ਕਾਰਜ ਦੀ ਡੇਟ ਰੱਖੀ ਸੀ। ਅਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤਾਂ ਇੱਥੇ ਇਹਨਾਂ ਨੇ ਕੁੜੀ ਨੇ ਸੰਪਰਕ ਕੀਤਾ, ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ, ਉਸ ਨੂੰ ਅੱਗ ਰਿਸੀਵ ਕਰਦੇ ਆ। ਨਾ ਤਾਂ ਉਹਨਾਂ ਨੂੰ ਕੋਈ ਪੈਲਸ ਦਿੱਤਾ, ਨਾ ਕੋਈ ਲੋਕੇਸ਼ਨਾਂ ਭੇਜੀਆਂ। ਉਹ ਕੋਈ ਲੁਧਿਆਣੇ ਦੀ ਆਉਂਦੀ ਸੀ, ਕੋਈ ਕਿਤੋਂ ਦੀ ਆਉਂਦੀ ਸੀਗੀ। ਉਹ ਵਿਚਾਰੇ ਡੀ ਡੂਕ ਕੇ ਸਾਰੇ ਕੋਲ ਥਾਣੇ 'ਤੇ ਸ਼ਿਕਾਇਤ ਦੇ ਕੇ ਗਏ ਆ, ਫਰਦਰ ਅਸੀਂ ਇਨਕੁਆਇਰੀ ਕਰਦੇ ਹਾਂ। ਕਿਹੜੀ ਜਗ੍ਹਾ 'ਤੇ ਬੁਲਾਇਆ ਸੀ ਉਹਨਾਂ ਨੂੰ? ਆਪਣੇ ਮੋਗੇ ਗਿਆ ਸੀ ਵੀ ਐਂਟਰ ਕਰ, ਤੁਹਾਡੇ ਮੂਹਰੇ ਬੰਦੇ ਆਉਣਗੇ, ਉਹਨੂੰ ਰਿਸੀਵ ਕਰਕੇ ਅਸੀਂ ਪੈਲਸ 'ਚ ਲੈ ਜਾਵਾਂਗੇ। ਨਾ, ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ। ਮੁੰਡੇ ਕਿੱਥੋਂ ਤੁਸੀਂ? ਮੁੰਡੇ ਵਾਲੇ ਪਿੰਡ ਮੜਿਆਣਾ ਪਿੰਡ ਪੈਂਦਾ ਜੀ, ਥਾਣਾ ਮਹਿਤਪੁਰ 'ਚ, ਜ਼ਿਲ੍ਹਾ ਜਲੰਧਰ ਜੀ। ਮੁੰਡਾ ਕਦੋਂ ਆਇਆ ਸੀ ਦੁਬਈ ਤੋਂ? ਮੁੰਡਾ 2-3 ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਅਸੀਂ ਉਹਦੇ ਪੂਰਾ ਟੈਕਨੀਕਲ ਤਰੀਕੇ ਨਾਲ ਨੰਬਰ ਟਰੇਸ ਕਰਕੇ ਅਸੀਂ ਜੋ ਵੀ ਗੱਲ ਆਊ ਸਾਹਮਣੇ ਉਸ ਤਰ੍ਹਾਂ। ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ? ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ, ਦੁਬਾਰਾ ਉਹਨੇ ਫੋਨ ਨਹੀਂ ਇਹਨੇ ਚਾਲੂ ਕੀਤਾ। ਕਿੰਨੀ ਕੁ ਬਰਾਤ ਆਈ ਸੀ? ਬਰਾਤ ਦੇ 100-150 ਬੰਦਾ ਸੀਗਾ ਜੀ। ਵਾਪਸ ਮੁੜ ਗਏ? ਉਹ ਵਾਪਸ ਚਲੇ ਗਏ ਜੀ।